ਕਿ ਮੇਰਾ ਗੋਲ ਬਲੈਡਰ 'ਚ ਸਟੋਨ ਸੀ। ਮੈਂ ਡਾਕਟਰ ਮਨਦੀਪ ਦੀ ਬਹੁਤ ਪੁਰਾਣੀ ਪੇਸ਼ੈਂਟ ਹੈ, ਉਹਨਾਂ ਨੇ ਮੈਨੂੰ ਡਾਕਟਰ ਜਸਮੀਤ ਨੂੰ ਮਤਲਬ ਰੈਫਰ ਕੀਤਾ। ਐਕਚੁਅਲੀ ਮੈਂ ਬਹੁਤ ਡਰੀ ਸੀਗੀ, ਬਟ ਉਹਨਾਂ ਨੇ ਮੈਨੂੰ ਕੌਨਫੀਡੈਂਟਲੀ ਕਿਹਾ ਕਿ ਵਿਦ ਇਨ 5 ਡੇਜ਼ ਇਹ ਬਿਲਕੁਲ ਰਿਕਵਰ ਹੋ ਜਾਏਗਾ। ਅਤੇ ਐਕਚੁਅਲ 'ਚ ਹੋਇਆ ਵੀ ਇਸ ਤਰ੍ਹਾਂ। ਨੈਕਸਟ ਡੇ ਮੈਂ ਚਲੇ ਗਈ ਆਪਣੇ ਘਰ, ਬਿਲਕੁਲ ਨੋਰਮਲ ਖਾਣਾ ਖਾਂਦੀ ਹਾਂ। ਅਤੇ ਮੈਂ ਪਰਮਵੀਰ ਕੌਰ ਤਰਨ ਤਾਰਨ ਤੋਂ ਹਾਂ। ਕਿ ਮੇਰਾ ਗੋਲ ਬਲੈਡਰ 'ਚ ਸਟੋਨ ਸੀ। ਮੈਂ ਡਾਕਟਰ ਮਨਦੀਪ ਦੀ ਬਹੁਤ ਪੁਰਾਣੀ ਪੇਸ਼ੈਂਟ ਹਾਂ। ਮੈਂ ਡਿਊਰਿੰਗ IVF ਮੈਨੂੰ ਡਿਟੈਕਟ ਹੋਇਆ ਕਿ ਮੇਰੇ ਗੋਲ ਬਲੈਡਰ 'ਚ ਸਟੋਨ ਆ। ਅਤੇ IVF ਸਕਸੈਸਫੁਲ ਤਾਂ ਹੀ ਹੁੰਦਾ ਕਿ ਬਿਫੋਰ IVF ਮੈਂ ਗੋਲ ਬਲੈਡਰ 'ਚੋਂ ਸਟੋਨ ਰਿਮੂਵ ਕਰਾਵਾਂ। ਉਹਦੇ ਲਈ ਉਹਨਾਂ ਨੇ ਮੈਨੂੰ ਡਾਕਟਰ ਜਸਮੀਤ ਨੂੰ ਮਤਲਬ ਰੈਫਰ ਕੀਤਾ। ਮੈਂ ਉਹਨਾਂ ਨੂੰ ਮਿਲੀ, ਉਹਨਾਂ ਨੇ ਮੇਰਾ ਮਤਲਬ ਸੇਮ ਮੰਥ ਪ੍ਰੋਸੈਸ ਸਟਾਰਟ ਕਰਤਾ ਕਿ ਤੁਸੀਂ ਆਪਣੇ ਟੈਸਟ ਕਰਵਾ ਲਓ। ਅਤੇ ਐਕਚੁਅਲੀ ਮੈਂ ਬਹੁਤ ਡਰੀ ਸੀਗੀ, ਬਟ ਉਹਨਾਂ ਨੇ ਮੈਨੂੰ ਕੌਨਫੀਡੈਂਟਲੀ ਕਿਹਾ ਕਿ ਵਿਦ ਇਨ 5 ਡੇਜ਼ ਇਹ ਬਿਲਕੁਲ ਰਿਕਵਰ ਹੋ ਜਾਏਗਾ। ਅਤੇ ਐਕਚੁਅਲ 'ਚ ਹੋਇਆ ਵੀ ਇਸ ਤਰ੍ਹਾਂ ਕਿ ਮਿਨੀਮਮ ਹੋਲ ਦੇ ਨਾਲ ਹੀ ਮੈਨੂੰ ਉਹਨਾਂ ਨੇ ਗੋਲ ਬਲੈਡਰ ਰਿਮੂਵ ਕਰਤਾ। ਨੈਕਸਟ ਡੇ ਮੈਂ ਚਲੇ ਗਈ ਆਪਣੇ ਘਰ, ਬਿਲਕੁਲ ਨੋਰਮਲ ਖਾਣਾ ਖਾਂਦੀ ਹਾਂ। ਅਤੇ ਹੁਣ ਮੈਂ ਇਸ ਲਈ ਵੀ ਐਲੀਜੀਬਲ ਹਾਂ ਕਿ ਮੈਂ IVF ਪ੍ਰੋਸੈਸ ਦੇ ਕਰ ਸਕਾਂ। ਮੈਂ ਇਹ ਰਿਕਮੈਂਡ ਕਰਦੀ ਹਾਂ ਕਿ ਮੈਨੂੰ ਇੰਨਾ ਕੰਫਰਟੇਬਲ ਫੀਲ ਹੋਇਆ ਵਾ ਇਸ ਹੋਸਪਿਟਲ ਤੋਂ ਡਾਕਟਰ ਜਸਮੀਤ ਨਾਲ ਰੈਫਰ ਕਰਕੇ, ਕਿ ਇਨ ਫਿਊਚਰ ਕਿਸੇ ਨੂੰ ਵੀ ਜ਼ਰੂਰਤ ਆ ਕਿ ਗੋਲ ਬਲੈਡਰ 'ਚ ਸਟੋਨ ਆ, ਘਬਰਾਉਣ ਦੀ ਜ਼ਰੂਰਤ ਨਹੀਂ। ਡਾਕਟਰ ਜਸਮੀਤ ਨੂੰ ਕੰਸਰਨ ਕਰੋ, ਉਹ ਬਿਲਕੁਲ ਪੇਨਲੈਸ ਫੀਲ ਆਉਂਦੀ ਆ ਕਿ ਜਦੋਂ ਓਪਰੇਟ ਕਰਵਾ ਲਈਦਾ ਅਤੇ ਸੇਮ ਡੇ ਤੋਂ ਹੀ ਆਪਾਂ ਈਟੇਬਲ ਸਟਾਰਟ ਕਰ ਦੇਈਦਾ ਅਤੇ ਰਿਕਵਰ ਵੀ ਛੇਤੀ ਹੁੰਦੇ। ਅਤੇ ਉਹਨਾਂ ਨੂੰ ਕੀ ਮੇਰੇ ਖਿਆਲ 'ਚ ਕਿ ਤਰਨ ਤਾਰਨ ਅੰਮ੍ਰਿਤਸਰ ਸਾਰੇ ਏਰੀਏ 'ਚੋਂ ਆਪਾਂ ਇਹਨਾਂ ਨੂੰ ਹੀ ਕੰਸਰਨ ਕਰਨਾ ਚਾਹੀਦਾ। ਸਟਾਰ ਫਰਟੀਲਿਟੀ ਹੋਸਪਿਟਲ ਬੈਸਟ ਆ ਇਸ ਏਰੀਏ 'ਚ। ਥੈਂਕ ਯੂ।